ਮਾਂ ਧਰਤੀ ਏ ਤੇਰੀ ਗੋਦ ਨੂੰ ਚੰਨ ਹੋਰ ਬਥੇਰੇ, ਤੂੰ ਮਗਦਾ ਰਹੀ ਵੇ ਸੂਰਜਾ ਟੰਮੀਆਂ ਦੇ ਵੇੜੇ, ਤੂੰ ਮਗਦਾ ਰਹੀ ਵੇ ਸੂਰਜਾ ਟੰਮੀਆਂ ਦੇ ਵੇੜੇ। ਲੇਕਿਨ ਸੰਤ ਰਾਮ ਉਦਾਸੀ ਦੀ ਮੂਲ ਬਾਣੀ, ਉਹਦੀ ਭਾਸ਼ਾ ਔਰ ਉਹਦੇ ਭਾਸ਼ਾ ਦੇ ਨਾਲ ਨਾਲ ਉਹਦੇ ਸ਼ਬਦ ਚੋਣ ਜਿਹੜੀ ਸੀ ਉਹ ਬਹੁਤ ਸੌਖੀ ਸੀ। ਅਜਿਹੇ ਸ਼ਬਦ ਦਾ ਉਹ ਪ੍ਰਯੋਗ ਕਰਦਾ। ਅੱਜ ਵੀ ਉਹਨਾਂ ਦੇ ਗੀਤਾਂ ਦੀ, ਉਹਨਾਂ ਦੀ ਕਵਿਤਾਵਾਂ ਦੀ, ਉਹਨਾਂ ਦੁਆਰਾ ਰਚੇ ਹੋਏ ਲਿਟਰੇਚਰ ਦੀ ਇੰਨੀ ਰੈਲੀਵੈਂਸੀ ਹੈ ਕਿ ਹਰ ਪ੍ਰਕਾਸ਼ਕ ਚਾਹੁੰਦਾ ਕਿ ਮੈਂ ਉਦਾਸੀ ਦੀ ਕਿਤਾਬ ਛਾਪਾਂ, ਅਤੇ ਉਹਨਾਂ ਦੀ ਕਿਤਾਬ ਬਹੁਤ ਜ਼ਿਆਦਾ ਵਿਕਦੀ ਹੈ। ਕਿਰਤੀਆਂ ਦੀ, ਮਜ਼ਦੂਰਾਂ ਦੀ, ਦੱਬੇ ਕੁਚਲਿਆਂ ਦੀ ਆਵਾਜ਼ ਨੂੰ ਸਤਰਾਂ 'ਚ ਪਰੋਣ ਵਾਲੇ, ਰੇਤੀਲੇ ਰਾਹਾਂ 'ਤੇ ਸਾਈਕਲ ਰੋਕ ਕੇ ਮੌਸਮ ਦੀ ਮਾਰ ਦਾ ਦਰਦ ਹੰਢਾ ਰਹੇ ਕਿਸਾਨਾਂ ਸੀਰੀਆਂ ਦੇ ਦੁੱਖਾਂ ਨੂੰ ਕਾਵਿ ਰਚਨਾ ਦਾ ਰੂਪ ਦੇਣ ਵਾਲੇ ਸੰਤ ਰਾਮ ਉਦਾਸੀ। ਜਿਨ੍ਹਾਂ ਦੇ ਗੀਤ ਹੱਕਾਂ ਲਈ ਮੁਜ਼ਾਹਰੇ ਕਰਨ ਵਾਲਿਆਂ ਤੋਂ ਲੈ ਕੇ ਸੱਤਾ ਵਿੱਚ ਸਰਕਾਰਾਂ ਚਲਾਉਣ ਵਾਲਿਆਂ ਨੂੰ ਅੱਜ ਵੀ ਪ੍ਰੇਰਦੇ ਹਨ। ਬਰਨਾਲਾ ਦੇ ਪਿੰਡ ਰਾਏਸਰ 'ਚ 1939 ਵਿੱਚ ਸੰਤ ਰਾਮ ਉਦਾਸੀ ਦਾ ਜਨਮ ਇੱਕ ਦਲਿਤ ਭਾਈਚਾਰੇ ਨਾਲ ਸੰਬੰਧ ਰੱਖਣ ਵਾਲੇ ਪਰਿਵਾਰ ਵਿੱਚ ਹੋਇਆ। ਮਾਪੇ ਮਜ਼ਦੂਰੀ ਕਰਦੇ ਸਨ। ਸੰਤ ਰਾਮ ਉਦਾਸੀ ਨੂੰ ਪੜ੍ਹਨ ਦਾ ਸ਼ੌਕ ਸੀ। ਖਾਸ ਗੱਲ ਇਹ ਕਿ ਇਹ ਪੜ੍ਹਨਾ ਉਹਨਾਂ ਨੂੰ ਪਰਿਵਾਰ ਤੋਂ ਵਿਰਾਸਤ ਵਿੱਚ ਮਿਲਿਆ ਸੀ। ਸਾਡਾ ਪਰਿਵਾਰ ਇੱਕ ਮਿਹਨਤਕਸ਼ ਦਲਿਤ ਪਰਿਵਾਰ ਸੀ। ਸਾਡਾ ਪਰਿਵਾਰ ਪੂਰਾ ਨਾਮਧਾਰੀ ਲਹਿਰ ਨਾਲ ਜੁੜਿਆ ਰਿਹਾ। ਮੇਰੇ ਦਾਦਾ ਪੜਦਾਦਾ ਨਾਮਧਾਰੀ ਲਹਿਰ ਨਾਲ ਜੁੜੇ ਹੋਏ ਨੇ, ਅਤੇ ਨਾਲ ਦੀ ਨਾਲ ਉਹਨਾਂ ਨੂੰ ਜਿਹੜੇ ਮਤਲਬ ਇਹ ਸਾਹਿਤ ਲਿਖਣ ਦਾ ਮਤਲਬ ਜਾਂ ਸਾਹਿਤ ਪੜ੍ਹਨ ਦਾ ਵੀ ਜਿਹੜਾ ਉਹਨਾਂ ਦਾ ਸ਼ੌਕ ਸੀ ਉਹ ਸਾਡੇ ਪਰਿਵਾਰ 'ਚੋਂ ਹੀ ਮਿਲਿਆ। ਤਾਂ ਸਾਡੇ ਪਰਿਵਾਰ 'ਚ ਸਿੱਖ ਇਤਿਹਾਸ ਨੂੰ ਲੈ ਕੇ ਮੇਰੇ ਦਾਦਾ ਜੀ, ਮੇਰੇ ਪੜਦਾਦਾ ਜੀ ਅਤੇ ਨਾਮਧਾਰੀ ਲਹਿਰ ਨਾਲ ਜੁੜੇ ਹੋਣ ਕਰਕੇ ਉਹ ਲਗਾਤਾਰ ਇਸ ਲਿਟਰੇਚਰ ਨਾਲ, ਜੁਝਾਰੂ ਲਿਟਰੇਚਰ ਨਾਲ, ਅਗਾਂਹ ਵਧੂ ਲਿਟਰੇਚਰ ਨਾਲ ਜੁੜੇ ਹੋਏ ਸੀ ਅਤੇ ਉਹ ਪੜ੍ਹਦੇ ਰਹਿੰਦੇ ਸੀ ਅਤੇ ਬਹੁਤ ਛੋਟੀ ਉਮਰ 'ਚ ਹੀ ਉਹਨਾਂ ਨੇ ਲਿਖਣਾ ਸ਼ੁਰੂ ਕਰਤਾ ਸੀ। ਆਰਥਿਕ ਤੰਗੀ ਦੇ ਬਾਵਜੂਦ ਸੰਤ ਰਾਮ ਉਦਾਸੀ ਅਧਿਆਪਕ ਬਣੇ, ਸਕੂਲ ਪੜ੍ਹਾਇਆ। 70ਵਿਆਂ ਵਿੱਚ ਜਦੋਂ ਪੰਜਾਬ ਵਿੱਚ ਨਕਸਲਵਾੜੀ ਲਹਿਰ ਚੱਲੀ ਤਾਂ ਸੰਤ ਰਾਮ ਉਦਾਸੀ ਵੀ ਉਸ ਨਾਲ ਜੁੜ ਗਏ। ਉਸ ਸਮੇਂ ਸਕੂਲਾਂ, ਕਾਲਜਾਂ ਅਤੇ ਵਿਦਿਆਰਥੀ ਯੂਨੀਅਨਾਂ ਦੀਆਂ ਸਟੇਜਾਂ ਉੱਤੇ ਸੰਤ ਰਾਮ ਉਦਾਸੀ ਦੇ ਗੀਤਾਂ ਨੇ ਧੂਹ ਪਾਈ ਹੋਈ ਸੀ। ਸੰਤ ਰਾਮ ਉਦਾਸੀ ਨੇ ਐਮਰਜੈਂਸੀ ਦੌਰਾਨ ਜੇਲ੍ਹ ਵੀ ਕੱਟੀ। ਪਾਪਾ ਜੀ ਨੇ ਬਿਲਕੁਲ ਉਹੀ ਲਿਖਿਆ ਜਿਹੜਾ ਉਹਨਾਂ ਨੇ ਆਪਣੇ ਮਤਲਬ ਪਿੰਡੇ 'ਤੇ ਹੰਢਾਇਆ। ਚਾਹੇ ਉਹ ਜਾਤੀ ਜ਼ਬਰ ਦਾ ਸਵਾਲ ਹੋਵੇ, ਚਾਹੇ ਉਹ ਜਮਾਤੀ ਜ਼ਬਰ ਦਾ ਸਵਾਲ ਹੋਵੇ, ਜਾਂ ਕਿਸੇ ਵੀ ਕਿਸਮ ਦੀ ਸਮਾਜਿਕ ਅਨਿਆਂ ਦਾ ਸਵਾਲ ਹੋਵੇ, ਕਿਸੇ ਵੀ ਕਿਸਮ ਦਾ, ਮੈਂ ਸਮਝਿਆ ਕਿ ਉਹਨਾਂ ਨੇ ਇਕੱਲੇ ਮਜ਼ਦੂਰਾਂ ਕਿਸਾਨਾਂ ਵਾਸਤੇ ਹੀ ਨਹੀਂ ਲਿਖਿਆ, ਅਤੇ ਸਮੁੱਚੀ ਲੁਕਾਈ ਦੇ ਅੰਦਰ ਜਿਹੜੇ ਲੁੱਟੇ ਜਾ ਰਹੇ ਲੋਕ ਨੇ, ਜਿਹੜੇ ਪੀੜਿਤ ਲੋਕ ਨੇ, ਚਾਹੇ ਔਰਤਾਂ ਨੇ, ਵਿਦਿਆਰਥੀ ਨੇ, ਨੌਜਵਾਨ ਨੇ, ਮਜ਼ਦੂਰ ਨੇ, ਕਿਸਾਨ ਨੇ, ਉਹਨਾਂ ਲਈ ਉਹਨਾਂ ਨੇ ਲਿਖਿਆ। ਅਤੇ ਸਾਨੂੰ ਕਈ ਵਾਰ ਲੋਕ ਕਹਿੰਦੇ ਵੀ ਹੁੰਦੇ ਸੀ ਵੀ ਆਹ ਦਿਨ ਜਿਹੜਾ ਨਾ ਮਤਲਬ ਉਦਾਸੀ ਹੈ, ਸਾਨੂੰ ਕਹਿ ਦਿੰਦੇ ਵੀ ਉਹ ਰਾਹ 'ਚ ਸਾਈਕਲ ਖੜਾ ਕੇ ਪਤਾ ਨਹੀਂ ਕੀ ਲਿਖਣ ਲੱਗ ਜਾਂਦਾ ਪੈੱਨ ਫੜ ਕੇ, ਵੀ ਅਸੀਂ ਕਈ ਵਾਰ ਨੋਟ ਕਰਦੇ ਹਾਂ ਖੇਤਾਂ 'ਚ ਲੋਕ ਐਂ ਕਹਿ ਦਿੰਦੇ। ਜੇ ਗੱਲ ਉਦਾਸੀ ਦੀ ਲਿਖਣੀ ਦੀ ਕਰੀਏ ਤਾਂ ਉਹ ਬਿਲਕੁਲ ਸੌਖੀ ਅਤੇ ਆਮ ਲੋਕਾਂ ਦੀ ਭਾਸ਼ਾ ਵਿੱਚ ਲਿਖੀ ਹੁੰਦੀ ਸੀ। ਉਹਨਾਂ ਨੇ
ਜਿਨ੍ਹਾਂ ਵੀ ਲਿਖਿਆ ਉਹ ਲੋਕ ਲਹਿਰ ਦੇ ਪੱਖ ਵਿੱਚ ਲਿਖਿਆ। ਇਸੇ ਕਰਕੇ ਸੱਤਾਧਾਰੀਆਂ ਲਈ ਉਦਾਸੀ ਦੇ ਗੀਤ ਸਮੱਸਿਆ ਵੀ ਬਣਦੇ ਰਹੇ ਹਨ। ਕਿ ਭਾਵੇਂ ਸਰਕਾਰੀ ਤੌਰ 'ਤੇ ਉਹਨਾਂ ਨੂੰ ਉਨਾ ਨਹੀਂ ਉਚਾਇਆ ਗਿਆ ਜਿੱਡੀ ਵੱਡੀ ਉਹਨਾਂ ਦੀ ਪਰਸਨੈਲਿਟੀ ਹੈ, ਜਿੱਡੀ ਵੱਡੀ ਉਹਨਾਂ ਦੀ ਸਾਹਿਤ ਨੂੰ ਦੇਣ ਹੈ। ਤਾਂ ਇਹ ਗੱਲ ਮੈਂ ਸਮਝਦੀ ਹਾਂ ਕਿ ਇਹ ਗੱਲਾਂ ਸਾਰੀਆਂ ਸਾਡੇ ਸਮਾਜਿਕ ਸਟਰਕਚਰ ਦੇ ਨਾਲ ਹੀ ਜੁੜੀਆਂ ਹੋਈਆਂ, ਸਾਡੇ ਜਿਹੜਾ ਭ੍ਰਿਸ਼ਟ ਸਮਾਜਿਕ ਢਾਂਚਾ ਹੈ ਉਹਦੇ ਨਾਲ ਹੀ ਜੁੜੀਆਂ ਹੋਈਆਂ ਸਾਰੀਆਂ ਗੱਲਾਂ ਨੇ। ਸੰਤ ਰਾਮ ਉਦਾਸੀ ਦੀ ਸਮੁੱਚੀ ਸ਼ਖਸੀਅਤ ਜਿਹੜੀ ਹੈ ਉਹ ਲੋਕ ਜਾਨਕ ਲੋਕ ਪੱਖੀ ਸਮਾਜਿਕ ਦ੍ਰਿਸ਼ਟੀਕੋਣ ਨੂੰ ਸਮਰਪਿਤ ਸੀ। ਔਰ ਸੰਤ ਰਾਮ ਉਦਾਸੀ ਦੀਆਂ ਸਮੁੱਚੀਆਂ ਭਾਵਨਾਵਾਂ ਜਿਹੜੀਆਂ ਸਨ ਉਹ ਜਨਹਿਤ ਦਾ ਪੱਖ ਪੂਰਦੀਆਂ ਸਨ। ਔਰ ਸੰਤ ਰਾਮ ਉਦਾਸੀ 'ਚ ਬਹੁਤ ਵੱਡੀ ਖੂਬੀ ਸੀ ਕਿ ਉਹਦੀ ਚੇਤਨਾ, ਉਹਦੀ ਸਿਰਦਤਾ ਅਤੇ ਉਹਦੀ ਸੰਵੇਦਨਾ, ਉਹਦਾ ਵਿਵੇਕ, ਉਹਦੀ ਬੁੱਧੀ, ਉਹਦੀ ਮਾਨਸਿਕਤਾ, ਉਹਦੀ ਸਮੁੱਚੀ ਇੱਛਾ ਅਤੇ ਉਹਦੀ ਸੱਧਰ ਸਾਰੀ ਜਿਹੜੀ ਸੀ ਉਹ ਲੋਕਾਂ ਨਾਲ ਜੁੜੀ ਸੀ। ਜੇ ਸੰਤ ਰਾਮ ਉਦਾਸੀ ਦੇ ਪਿੰਡ ਰਾਇਸਰ ਦੀ ਗੱਲ ਕਰੀਏ ਤਾਂ ਪਿੰਡ ਦੀਆਂ ਰਾਹਾਂ, ਕੰਧਾਂ, ਸੱਥਾਂ ਹਰ ਪਾਸੇ ਸੰਤ ਰਾਮ ਉਦਾਸੀ ਦੀ ਛਾਪ ਨਜ਼ਰ ਆਵੇਗੀ। ਉਹਨਾਂ ਨਾਲ ਬਚਪਨ ਜਵਾਨੀ ਹੰਢਾਉਣ ਵਾਲੇ ਉਹਨਾਂ ਦੇ ਸਾਥੀਆਂ ਨੂੰ ਜਦੋਂ ਉਦਾਸੀ ਬਾਰੇ ਪੁੱਛੋ ਤਾਂ ਅੱਜ ਵੀ ਉਹਨਾਂ ਦੇ ਅੱਖਾਂ 'ਚ ਚਮਕ ਆ ਜਾਂਦੀ ਹੈ। ਇਹ ਤਿੰਨ ਭਾਈ ਗਾਉਂਦੇ ਸੀ, ਇੱਕ ਇਹਨਾਂ ਦਾ ਭਾਈ ਭੂਰਾ ਸਿੰਘ ਸੀ, ਇੱਕ ਇਹਨਾਂ ਦਾ ਭਾਈ ਗੁਰਦੇਵ ਸਿੰਘ ਕੋਹਲ ਸੀ, ਘੁਲਦਾ ਵੀ ਸੀ ਅਤੇ ਗਾਉਂਦਾ ਵੀ, ਉਹ ਜਲੰਧਰ ਰਹਿੰਦਾ ਹਲੇ। ਤੀਜੇ ਸੰਤ ਰਾਮ ਉਦਾਸੀ ਸੀ, ਭੂਰਾ ਸਿੰਘ ਇਹਨਾਂ ਤੋਂ ਵੱਡਾ ਸੀ, ਗੁਰਦੇਵ ਸਿੰਘ ਕੋਹਲ ਇਹਨਾਂ ਤੋਂ ਛੋਟਾ ਸੀ। ਇਹਨਾਂ ਨੇ ਸਭ ਤੋਂ ਪਹਿਲਾਂ ਗਾਣਾ ਗਾਇਆ ਦਿੱਲੀ ਇਹਨੀ ਦਿਆਲਾ ਦੇਗਾਂ 'ਚੋਂ ਬੜਾ ਹੈ, ਹਲੇ ਤੇਰਾ ਮਨ ਨਾ ਠਰੇ। ਕਿਆ ਸਿੱਧਾ ਸਾਧਾ ਬੰਦਾ ਸੀ, ਕੋਈ ਉਹ 'ਚ ਛੂ ਫਾਏ ਨਹੀਂ ਸੀ, ਹੈਂ ਆਪਦਾ ਪੜ੍ਹਾਉਣ ਜਾਂਦਾ ਸੀ, ਗੀਤ ਗਾਉਂਦਾ ਹੀ ਜਾਂਦਾ ਸੀ, ਗੀਤ ਗਾਉਂਦਾ ਹੀ ਮੁੜਿਆ ਆਉਂਦਾ ਸੀ, ਸਾਈਕਲ 'ਤੇ ਜਾਂਦਾ ਸੀ।